ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ, ਜੋ ਮੈਨੂੰ ਇਸ ਜ਼ਿੰਮੇਵਾਰੀ ਦੇ ਲਾਇਕ ਸਮਝਿਆ। ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਇਹੋ ਜਿਹੇ ਮੌਕੇ ਆਉਂਦੇ ਆ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ, ਸਾਰੀਆਂ ਅਸੀਂ ਗਰੀਬਾਂ ਨੂੰ ਉਹਨਾਂ ਦਾ ਪੂਰਾ ਪੂਰਾ ਲਾਭ ਦੇਵਾਂਗੇ। ਬਾਕੀ ਸਿੱਖਿਆ ਇਹਨਾਂ ਨੂੰ ਇਹ ਆ ਵੀ ਉੱਚਾਈ ਦੇ ਉੱਤੇ ਜਿਹੜਾ ਹਿਮਾਲਿਆ ਦੇ ਉੱਤੇ ਚੜ੍ਹ ਸਕਦਾ, ਦਰਖਤ ਦੇ ਟੌਪ 'ਤੇ ਜਾ ਸਕਦਾ, ਪਰ ਉੱਥੇ ਰਹਿਣਾ ਮੁਸ਼ਕਲ ਆ। ਇਹਦਾ ਧਿਆਨ ਰੱਖਿਓ, ਉਸ ਲੈਵਲ 'ਤੇ ਜਾ ਕੇ ਕਿਤੇ ਡਿੱਗਣਾ ਪਿਓ, ਵੇਖਿਓ ਕਿਤੇ ਬੜੀ ਮੁਸ਼ਕਲ ਹੈ ਤੁਹਾਨੂੰ ਪਾਇਆ ਵਾ। ਆਈ ਐਮ ਬਲੈਸਡ, ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੇ ਫਾਦਰ ਸਾਹਿਬ ਨੂੰ, ਠੀਕ ਹੈ। ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੁੰਡਿਆਂ ਵਾਂਗੂ ਪਿਆਰ ਕੀਤਾ ਹੈ। ਹੋਰ ਜੀਵਨ ਸੁਖਾਲਾ ਰਹਿ ਸਕਦਾ ਵਾ ਜੇ ਤਿੰਨ ਨਿਯਮ ਬੰਦਾ ਓਪਰੇਟ ਕਰ ਲਏ ਤੇ। ਇੱਕ ਤਾਂ ਪਹਿਲਾਂ ਵਾ ਸਾਦਗੀ ਰੱਖੋ, ਸਾਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ। ਦੂਜਾ ਵਾ ਨਿਮਰਤਾ, ਨਿਮਰਤਾ ਬੜੀ ਜ਼ਰੂਰਤ ਵਾ। ਕੋਈ ਗੱਲ ਕਹਿ ਵੀ ਜਾਂਦਾ ਤਾਂ ਉਹਨੂੰ ਸਹਾਰ ਲਓ, ਉਹ ਮਿੰਟ ਅੱਗੇ ਨਿਕਲ ਜਾਵੇ ਤਾਂ ਤੁਹਾਡਾ ਜੀਵਨ ਠੀਕ ਰਹਿ ਜੂਗਾ। ਬਾਕੀ ਸਬਰ, ਜੋ ਕੁਛ ਹੋ ਗਿਆ ਉਹਨੂੰ ਸਬਰ ਕਰ ਲਓ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ, ਜੋ ਮੈਨੂੰ ਇਸ ਜ਼ਿੰਮੇਵਾਰੀ ਦੇ ਲਾਇਕ ਸਮਝਿਆ। ਮੇਰਾ ਨਾਮ ਡਾਕਟਰ ਕੁਲਜੀਤ ਕੌਰ ਹੈ ਔਰ ਮੈਂ ਇੱਥੇ ਮੈਡੀਕਲ ਅਫਸਰ 13 ਸਾਲ ਤੋਂ ਕੰਮ ਕਰ ਰਹੀ ਹਾਂ ਜੀ। ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ, ਸਾਰੀਆਂ ਅਸੀਂ ਗਰੀਬਾਂ ਨੂੰ ਉਹਨਾਂ ਦਾ ਪੂਰਾ ਪੂਰਾ ਲਾਭ ਦੇਵਾਂਗੇ। ਬਿਲਕੁਲ ਜੀ, ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਜਿੰਨੀ ਦੇਰ ਮੇਰੇ ਕੋਲ ਚਾਰਜ ਹੈ, ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੀ। ਜੀ ਜ਼ਰੂਰ, ਇੱਥੇ ਸਾਡੇ ਕੋਲ 5 MO ਨੇ ਜੋ ਕਿ ਈਵਨਿੰਗ, ਨਾਈਟ ਔਰ ਮੋਰਨਿੰਗ ਡਿਊਟੀ ਕਰਦੇ ਨੇ। ਕੋਈ ਰੋਡ ਸਾਈਡ ਐਕਸੀਡੈਂਟ ਆਉਂਦਾ ਹੈ, ਕੋਈ ਸਾਡਾ ਮੈਡੀਕੋ ਲੀਗਲ ਕੇਸ ਆਉਂਦਾ ਹੈ, ਤਾਂ ਅਸੀਂ ਉਸ ਟਾਈਮ ਪੂਰੇ ਮੌਜੂਦ ਹੁੰਦੇ ਹਾਂ ਜੀ। ਫਿਰ ਸਾਡੇ ਕੋਲ ਗਾਇਨੋਕੋਲੋਜਿਸਟ ਨੇ ਜੋ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ। ਸਾਡੇ ਕੋਲ ਇੱਥੇ ਫ੍ਰੀ ਜਿਹੜਾ ਜਣੇਪਾ ਹੁੰਦਾ ਹੈ ਜੀ, ਅਸੀਂ ਪੇਸ਼ੈਂਟਸ ਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਣੇਪਾ ਕੁਛ ਜੋ ਉਹਨਾਂ ਦੀ ਰਕਮ ਹੈ ਉਹ ਦਿੰਦੇ ਹਾਂ ਜੀ, ਠੀਕ ਹੈ। ਬਾਕੀ ਇੱਥੇ ਸਾਰੀਆਂ ਬੱਚਿਆਂ ਨੂੰ ਟੀਕੇ ਵਗੈਰਾ ਫ੍ਰੀ ਲੱਗਦੇ ਨੇ। ਸਾਡੇ ਕੋਲ ਧਾਰੀਵਾਲ ਦਾ ਵੀ DDO ਪਾਵਰਸ ਨੇ ਔਰ ਕੋਟ ਸੰਤੋਖ ਰਾਏ ਦੀਆਂ ਵੀ। ਮੈਂ ਸਟਰੋਂਗਲੀ ਕੰਡੈਮ ਕਰਦੀ ਹਾਂ ਜੀ, ਬਰੂਟਲੀ ਉਸ ਲੜਕੀ ਨਾਲ ਬਹੁਤ ਜਾਇਤੀ ਹੋਈ ਹੈ, ਠੀਕ ਹੈ ਜੀ। ਔਰ ਇਹ ਸਾਡੇ ਸਮਾਜ ਦਾ ਹੀ ਇੱਕ ਨਿਕੰਮਾ, ਇੱਕ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੀ। ਸਵੇਰੇ ਸਾਡੇ ਕੋਲ ਪੁਲਿਸ ਦਾ ਇੱਕ ਅਧਿਕਾਰੀ ਹੁੰਦਾ, ਠੀਕ ਹੈ, ਕੌਂਸਟੇਬਲ ਦੀ ਡਿਊਟੀ ਲਗਵਾਈ ਹੋਈ ਹੈ ਅਸੀਂ ਜੀ। ਔਰ ਈਵਨਿੰਗ ਔਰ ਨਾਈਟ ਦੇ ਵਿੱਚ ਅਸੀਂ ਇੱਕ ਚੌਕੀਦਾਰ ਦੀ ਪ੍ਰਬੰਧ ਕੀਤਾ ਹੋਇਆ ਹੈ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ 2 ਸਟਾਫ ਨਰਸਿਸ ਦੀ ਡਿਊਟੀ ਲਾਈਏ ਤਾਂ ਕਿ ਇਕੱਲੇ ਲੇਡੀਜ਼ ਨਾ ਆਉਣ, ਠੀਕ ਹੈ। ਬਾਕੀ ਸਾਰੇ ਇੱਥੇ CCTV ਸਾਡੇ ਲੱਗੇ ਹੋਏ ਹੈ। ਆਈ ਐਮ ਬਲੈਸਡ, ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੇ ਫਾਦਰ ਸਾਹਿਬ ਨੂੰ, ਠੀਕ ਹੈ। ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੁੰਡਿਆਂ ਵਾਂਗੂ ਪਿਆਰ ਕੀਤਾ ਜੀ। ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਇਹੋ ਜਿਹੇ ਮੌਕੇ ਆਉਂਦੇ ਆ ਅਤੇ ਮੈਂ ਸਤਨਾਮ ਸਿੰਘ ਰੰਧਾਵਾ ਮੇਰਾ ਨਾਮ ਆ, ਪਿੰਡ ਕਲੇਰ ਖੁਰਦ, ਅਤੇ ਮੈਂ ਐਕਸ ਇੰਡੀਅਨ ਨੇਵੀ ਦਾ ਇੱਕ ਇਲੈਕਟ੍ਰੀਕਲ ਇੰਜੀਨੀਅਰ ਹਾਂ ਅਤੇ ਬਾਅਦ ਦੇ ਵਿੱਚ ਮਰਚੈਂਟ ਸ਼ਿਪਾਂ ਦੇ ਵਿੱਚ ਵੀ ਇਲੈਕਟ੍ਰੀਕਲ ਇੰਜੀਨੀਅਰ ਅਫਸਰ ਰਿਹਾ ਹਾਂ।
ਇਹ ਬੱਚਿਆਂ ਦੀ ਜਿਉਂ ਸੇਵਾ ਕੀਤੀ ਆ, ਇਹਨਾਂ ਨੂੰ ਦੱਬ ਕੇ ਪੜ੍ਹਾਇਆ ਵਾ, ਇਹ ਉਹ ਕੀਤਾ, ਅਤੇ ਬਾਕੀ ਸਿੱਖਿਆ ਇਹਨਾਂ ਨੂੰ ਇਹ ਆ ਵੀ ਉੱਚਾਈ ਦੇ ਉੱਤੇ ਜਿਹੜਾ ਹਿਮਾਲਿਆ ਦੇ ਉੱਤੇ ਚੜ੍ਹ ਸਕਦਾ, ਦਰਖਤ ਦੇ ਟੌਪ 'ਤੇ ਜਾ ਸਕਦਾ, ਪਰ ਉੱਥੇ ਰਹਿਣਾ ਮੁਸ਼ਕਲ ਆ। ਇਹਦਾ ਧਿਆਨ ਰੱਖਿਓ, ਉਸ ਲੈਵਲ 'ਤੇ ਜਾ ਕੇ ਕਿਤੇ ਡਿੱਗਣਾ ਪਿਓ, ਵੇਖਿਓ ਕਿਤੇ ਬੜੀ ਮੁਸ਼ਕਲ ਤੁਹਾਨੂੰ ਪਾਇਆ ਵਾ। ਆਪਣਾ ਜਿਹੜਾ ਸਫ਼ਰ ਜਿਹੜਾ ਚੰਗੀ ਤਰ੍ਹਾਂ ਲੋਕ ਐਪਰੀਸ਼ੀਏਟ ਕਰਨ ਤੁਹਾਡੀ, ਫਿਰ ਤਾਂ ਮਜ਼ਾ ਨਾ। ਐਪਰੀਸ਼ੀਏਟ ਵੀ ਕੋਈ ਦੂਜਾ ਕਰੇ ਤਾਂ ਉਹ ਲੱਗਦੀ ਆ ਆਪ ਸੈਲਫ ਰਿਕਮੈਂਡੇਸ਼ਨ ਐਜ਼ ਗਟ ਨੋਰ ਰਿਸਪੈਕਟ ਆਰ ਸਮਥਿੰਗ। ਹੋਰ ਜੀਵਨ ਸੁਖਾਲਾ ਰਹਿ ਸਕਦਾ ਵਾ ਜੇ ਤਿੰਨ ਨਿਯਮ ਬੰਦਾ ਓਪਰੇਟ ਕਰ ਲਏ ਤਾਂ। ਇੱਕ ਤਾਂ ਪਹਿਲਾਂ ਵਾ ਸਾਦਗੀ ਰੱਖੋ, ਸਾਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ। ਦੂਜਾ ਵਾ ਨਿਮਰਤਾ, ਨਿਮਰਤਾ ਬੜੀ ਜ਼ਰੂਰਤ ਵਾ। ਕੋਈ ਗੱਲ ਕਹਿ ਵੀ ਜਾਂਦਾ ਤਾਂ ਉਹਨੂੰ ਸਹਾਰ ਲਓ, ਉਹ ਮਿੰਟ ਅੱਗੇ ਨਿਕਲ ਜਾਵੇ ਤਾਂ ਤੁਹਾਡਾ ਜੀਵਨ ਠੀਕ ਰਹਿ ਜੂਗਾ। ਬਾਕੀ ਸਬਰ, ਜੋ ਕੁਛ ਹੋ ਗਿਆ ਉਹਨੂੰ ਸਬਰ ਕਰ ਲਓ। ਇਹਦੇ ਨਾਲ ਹੀ ਮੈਂ ਬੰਦ ਕਰਨਾ। ਹੋਰ ਕੋਈ ਸਵਾਲ ਹੋਏ ਤਾਂ ਉਹ ਦੱਸੋ।